ਰਾਮ ਨਿਰਾਲਾ ਹੋਟਲ ਜੀ, ਠੀਕ ਹੈ ਜੀ। ਅਸਲਾਮ ਵਾਲੇਕਮ ਜੀ, ਕੀ ਹਾਲ ਚਾਲ ਹੈ? ਸਾਰਾ ਠੀਕ ਠਾਕ, ਉਮੀਦ ਕਰਦਾ ਸਾਰੇ ਠੀਕ ਠਾਕ ਹੋਣਗੇ। ਵੈਲਕਮ ਬੈਕ ਹੋ ਗਿਆ ਸਰ ਦਾ ਬ੍ਰਾਂਡ ਵੀ ਲਾ ਕੇ ਦੇ ਅੰਦਰ, ਅਤੇ ਅਸੀਂ ਨਾਮ ਪਾਇਆ ਗੁਜਰਾਂਵਾਲਾ। ਗੁਜਰਾਂਵਾਲਾ ਕਿੱਥੇ ਆਏ ਮਾਮ ਸਾਹਿਬ? ਨਿਰਾਲਾ ਹੋਟਲ। ਨਿਰਾਲਾ ਹੋਟਲ, ਠੀਕ ਹੈ ਜੀ। ਨਿਰਾਲਾ ਹੋਟਲ 'ਤੇ ਆਏ ਆ, ਬੜੀ ਦੂਰੋਂ ਸਫ਼ਰ ਕਰ ਗਏ। ਸਰ ਜੀ, ਸਿਆਲਕੋਟ ਆਏ ਹਾਂ, ਸਹੀ ਗੱਲ ਹੈ। ਹਾਂਜੀ, ਅਤੇ ਅਸੀਂ ਨਾਮ ਇੱਥੇ ਆਏ ਹਾਂ ਖਾਣਾ ਖਾਣ ਵਾਸਤੇ। ਬਾਬਰ ਸਾਹਿਬ ਹੋਰੀ ਬੜੇ ਦਿਨਾਂ ਦੇ ਪਿੱਛੇ ਲੱਗੇ ਹਨ, ਕਿਉਂ ਸ਼ੇਖ ਸਾਹਿਬ? ਹਾਂਜੀ ਹਾਂਜੀ, ਇਹਨਾਂ ਕੋਲ ਪੈਸੇ ਨਹੀਂ ਖਲੋਂਦੇ ਪਿਆ, ਬਲਾਲ ਵੇਲਾ ਹੈ, ਤੂੰ ਆਇਆ ਨੀ ਚਵਲੇ ਜਾਈਏ। ਇਹ ਬਾਬਾ ਜੀ ਸ਼ਾਪਿੰਗ ਕੀਤੀ ਹੈ, ਗੁਜਰਾਂ ਦੇ ਆਏ ਆ, ਸਿਰ ਕਾਇਮ ਹੋਣਾ ਚਾਹੀਦਾ ਜੁੱਤੀਆਂ ਬੜੀਆਂ। ਮੈਂ ਚਲੋ ਘਰ ਦਿਆ ਸੀ, ਕੋਈ ਨਾ ਕੋਈ ਚੀਜ਼ ਲੈ ਜਾਈਏ, ਕਿਉਂਕਿ ਗੁਜਰਾਂ ਵਾਲਾ ਤੁਹਾਨੂੰ ਪਤਾ ਇੱਥੇ ਲੰਡੇ 'ਚੋਂ ਹਰ ਸ਼ਹਿਰ ਲੱਭਦੀ ਹੈ, ਲੰਡਾ ਫਿਰਦੇ ਹਾਂ ਬਾਹਰ ਉਦੋਂ ਦੇ। ਇਹ ਲੈ ਜਨਾਬ, ਆਪਣੀ ਜਾਤ ਵਾਸਤੇ 800 ਰੁਪਈਆ ਖਰਚਿਆ ਅਤੇ 700 ਰੁਪਈਆ ਖਰਚਿਆ ਜੀ। ਲੈਦਰ, ਪਿਓਰ ਲੈਦਰ, ਪਿਓਰ ਲੈ, ਅੱਗ ਲਾ ਉਹਨਾਂ ਦਾ ਲੈਦਰ, ਲੈ ਉਹ ਨਹੀਂ, ਉਹ ਰਹਿ ਜਾਓ ਭਾਈਆ, ਲੈ ਅੱਗ ਲਾ, ਉਹ ਨਹੀਂ ਨਹੀਂ ਲਾ ਲਿਓ, ਉਹ ਨਾ ਨਾ, ਉਹ ਨਹੀਂ ਨਹੀਂ, ਉਹ ਕੀ ਕਰਦੇ ਹੋ 800 ਰੁਪਈਆ ਜ਼ਿਆਦਾ ਲੈਣਾ ਲਾ ਰਹੇ ਹੋ ਤੁਸੀਂ? ਸਾਰੇ ਜਾਮੀ ਨੂੰ ਸ਼ੁਕਰ ਮਿਲਾ, ਬਣਾ ਜਾਓ, ਜਾ ਕੇ ਚੈਨਲ ਸਬਸਕ੍ਰਾਈਬ ਕਰੋ। ਅਤੇ ਬਾਬਰ ਸਾਹਿਬ ਕੀ ਦੇ ਸੁਗਾਤ ਹੈ? ਇਹਨਾਂ ਸਪੈਸ਼ਲ ਹੈ ਇਹ ਕਿ ਦੇਸੀ ਘਿਓ ਦੀ ਖਰਚੀ ਬਣਾਉਂਦੇ ਨੇ। ਅੱਛਾ ਜੀ, ਹਾਂ, ਅਤੇ ਛੋਟਾ ਗੋਸ਼ਤ। ਓ ਜੇ ਸ਼ੇਖ ਸਾਹਿਬ, ਛੋਟੀ ਛੋਟੀ ਬੋਤੀ, ਛੋਟੀ ਬੋਤੀ ਸਪੈਸ਼ਲ ਇਹਨਾਂ ਦੀ ਚਟਨੀ ਦੇ ਨਾਲ, ਤਾਂ ਦੇਸੀ ਘਿਓ ਲਾ ਕੇ ਨਾ। ਇਹਨਾਂ ਪੇੜਾ ਕੱਢ ਕੇ ਹੀ ਆਇਆ। ਮਿੱਠੀ ਲਿਆ ਚਟਨੀ ਲੱਸੀ, ਘਰ ਨੀ ਲੱਭਦੀ ਬਈ, ਪਿੰਡਾਂ ਵਾਲਿਆਂ ਸਾਨੂੰ ਪਿੰਡ 'ਚ ਨਹੀਂ ਲੱਭਦੀ ਹੈ, ਬਾਕੀ ਸਹੀ ਗੱਲ, ਸਾਨੂੰ ਦੁੱਧ ਨਹੀਂ ਲੱਭਦਾ, ਮਹੀਨਾ ਹੋ ਗਿਆ। ਚਲੋ ਕੋਈ ਗੱਲ ਨਹੀਂ, ਅੱਡ ਸ਼ਡ ਦੇ ਖੜਿਆ, ਠੀਕ ਹੈ, ਆਉਂਦੀਆਂ ਨੇ ਆਈਟਮਾਂ ਤਾਂ ਤੁਹਾਨੂੰ ਚੈੱਕ ਕਰਾਉਂਦੇ ਹਾਂ, ਨਾਲੇ ਵਿਹਨੇ ਆ, ਮਜ਼ਾ ਹੈ ਨਹੀਂ ਕਿ ਨਹੀਂ, ਕਿਉਂਕਿ ਸੁਬਹਾ ਸੁਬਹਾ ਬੜਾ ਪੇੜਾ ਕੱਟ ਕੇ ਆਏ ਅਸੀਂ ਜੀ। ਲਓ ਜਨਾਬ, ਇਹ ਆ ਗਏ ਜੀ ਰੋਟੀ, ਇਹ ਉੱਤੇ ਜੀ ਸਾਗ ਲੱਗਾ, ਚਟਨੀ ਅਤੇ ਦੇਸੀ ਘਿਓ, ਚਟਨੀ ਅਤੇ ਦੇਸੀ ਘਿਓ, ਭਾਵੇਂ ਸਾਗ ਹੀ ਲਾਇਆ ਹੋਏ ਨੇ। ਇਹ ਕੀ ਦੇਸੀ ਆ? ਉਹ ਮਟਨ, ਮਟਨ ਹੈ, ਮਟਨ ਬਣਾ, ਤਿੰਨ ਬੰਦਿਆਂ ਤੇ ਨਹੀਂ ਬੋਟੀਆਂ। ਇਹ ਕੀ ਹੈ? ਦਾਲ ਕੀਮਾ, ਦਾਲ ਕੀਮਾ, ਉਹ ਵੀ ਦੇਸੀ ਘਿਓ 'ਚ, ਇਹ ਵੀ ਦੇਸੀ ਘਿਓ 'ਚ, ਵਾਹ, ਐਵੇਂ ਨਹੀਂ ਗੁਜਰਾਂ ਵਾਲਿਆਂ ਦੇ ਭਲਵਾਨ ਬੜੇ, ਹਾਂ ਜੀ, ਹਰ ਪਾਸੇ ਦੇਸੀ ਘਿਓ ਚੱਲ ਰਿਹਾ, ਅਸੀਂ ਖਾਈਏ ਫਿਰ ਠੰਡੀ ਹੋ ਜਾਣੀ। ਮੈਂ ਚਲੋ ਸਰ, ਮੈਂ ਟੇਸਟ ਕਰਾਂ, ਮੇਰਾ ਦਾਲ ਕੀਮਾ, ਸਪੋਰਟ ਕਰੋ ਦਬਾ ਕੇ ਭਰਾ ਨੂੰ, ਠੀਕ ਹੈ, ਅਤੇ ਜੇ ਗੁਜਰਾਂ ਵਾਲੇ ਵੇਚਣੇ ਉਹਨਾਂ ਤਾਂ ਅੱਗੇ ਇਹਨਾਂ ਦਾ ਪਤਾ ਹੋਣਾ ਨਿਰਾਲਾ ਹੋਟਲ ਵਾਲਿਆਂ ਦਾ, ਆਓ ਆ ਕੇ ਅਤੇ ਖਾਣਾ ਸ਼ਾਣਾ ਖਾਓ, ਬੜਾ ਅੱਛਾ ਟੇਸਟ ਯਾਰ, ਅਸੀਂ ਸਿਆਲਕੋਟੋਂ ਆਏ ਹਾਂ ਅਤੇ ਤੁਸੀਂ ਵੀ ਇੱਥੋਂ ਨੇੜੇ ਥਾਓ, ਆਓ ਆ ਕੇ ਕਰੋ ਟੇਸਟ।
ਇਸ ਲਈ ਮਜ਼ੀਦ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ਨਾ ਵੀਡੀਓ ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਮਾਰੋ ਅਤੇ ਚੈਨਲ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਹੈ। ਅਤੇ ਇਨਸ਼ਾਅੱਲਾ ਮੁਲਾਕਾਤ ਹੁੰਦੀ ਹੈ ਅਗਲੀ ਵੀਡੀਓ ਵਿੱਚ। ਓਕੇ, ਅੱਲਾ ਹਾਫਿਜ਼।